ਹਾਂਜੀ ਤੇ ਵੀਰੋ ਸਾਰੇ ਵੀਰਾਂ ਨੂੰ ਵੈਲਕਮ ਬੈਕ ਟੂ ਚੀਜ਼ ਵਿਜ਼ਾ ਪੰਜਾਬੀ ਚੈਨਲ ਤੇ ਲਓ ਜੀ ਫਾਈਨਲੀ ਫਾਈਨਲੀ ਐਟ ਦੀ ਐਂਡ 9 ਵਜੇ ਦਾ ਟਾਈਮ ਦੇ ਦਿੱਤਾ ਗਿਆ ਵੇ ਕਿ 18 ਤਰੀਕ ਨੂੰ 9 ਵਜੇ ਨਾਲ ਪੇਪਰ ਭਰਨੇ ਸ਼ੁਰੂ ਹੋਈਣੇ ਨੇ ਬਹੁਤ ਸਾਰੇ ਵੀਰ ਪੁੱਛਣ ਦੇ ਸਨ ਟਾਈਮ ਦੇ ਬਾਰੇ ਚ ਕਿ ਵੈਬਸਾਈਟ ਕਦੋਂ ਓਪਨ ਹੋਣੀ ਹੈ ਕਦੋਂ ਉਹ ਲਾ ਉਸਤਾ ਸੀ ਸਬਮਿਟ ਕਰਵਾ ਸਕਨੇ ਆ ਮਿੱਤਰੋ 9 ਵਜੇ 18 ਤਰੀਖ ਨੂੰ 9 ਵਜੇ ਸਵੇਰ-ਸਵੇਰ ਜਿਹੜੇ ਨੋ ਪੇਪਰ ਪਰ ਨੇ ਸਟਾਰਟ ਹੋਈ ਨੇ ਨੇ ਤੇ ਤੁਹਾਨੂੰ ਬੜੀ ਚੰਗੀ ਤਰ੍ਹਾਂ ਪਤਾ ਹੈ ਕਿ ਤੁਸੀਂ ਕੀ ਕਰਨਾ ਹੈ ਤੁਸੀਂ ਕਿਸੇ ਵੀ ਏਜੰਟ ਦੇ ਜ਼ਰੀਏ ਪੇਪਰ ਅਪਲਾਈ ਕਰਨੇ ਨੇ ਜਾਂ ਕਿਸੇ ਵੀ ਆਪਣੇ ਰਿਸ਼ਤੇਦਾਰ ਦੇ ਜ਼ਰੀਏ ਪੇਪਰ ਅਪਲਾਈ ਕਰਨੇ ਨੇ ਜਿਹਦੇ ਜ਼ਰੀਏ ਵੀ ਤੁਸੀਂ ਪੇਪਰ ਅਪਲਾਈ ਕਰਨੇ ਨੇ ਮਿੱਤਰੋ ਜਲਦੀ ਤੋਂ ਜਲਦੀ ਜਰਨਮ ਆਪਣੇ ਕਾਗਜ਼ ਪੱਤਰ ਉਹਨੂੰ ਜਮ੍ਹਾਂ ਕਰਵਾ ਦਿਓ ਠੀਕ ਹੋ ਗਿਆ ਮਿੱਤਰੋ ਤੇ ਉਹਨੂੰ ਇਹ ਗੱਲ ਜ਼ਰੂਰ بار بار ਚੇਤੇ ਕਰਾਨੀ ਹੈ ਕਿ ਪੇਪਰ ਜਿਹੜੇ ਨੇ ਉਹ ਜਲਦੀ ਤੋਂ ਜਲਦੀ 18 ਤਰੀਕ ਦੇ ਪਹਿਲੇ ਘੰਟੇ ਦੇ ਵਿੱਚ ਵਿੱਚ ਪੇਪਰ ਅਪਲਾਈ ਕਰਨੇ ਚਾਹੀਦੇ ਨੇ ਜ਼ਰੂਰੀ ਨੇ ਇਹ ਸਮਝ ਲਓ ਕਿ ਜੇ ਇਹਦੇ ਤੁਸੀਂ ਇਟਲੀ ਆਉਣਾ ਚਾਹੁੰਦੇ ਹੋ ਨਾ ਤੇ ਇਹ ਪੇਪਰ ਜ਼ਰੂਰ ਛੇਤੀ ਤੋਂ ਛੇਤੀ ਅਪਲਾਈ ਕਰਵਾ ਲਓ ਤੁਹਾਨੂੰ ਬਹੁਤ ਹੀ ਬੈਨੀਫਿਟ ਹੋਏਗਾ ਉਹਦਾ ਰੀਜ਼ਨ ਕੀ ਹੈ ਕਿ ਛੇਤੀ ਪੇਪਰ ਕਿਉਂ ਅਪਲਾਈ ਕਰਵਾਉਂਡਿਆ ਮਿੱਤਰੋ ਛੇਤੀ ਪੇਪਰ ਐਸੇ ਲਈ ਅਪਲਾਈ ਕਰਵਾਨੇ ਪਿਆ ਅਸੀਂ ਹਰ ਇੱਕ ਵੀਰ ਦੇ ਜਿਹਦਾ ਵੀ ਸਾਡੇ ਕੋਲ ਪੁੱਛਦੇ ਉਹਨੂੰ ਆਖੀਦਾ ਕਿ ਤੁਸੀਂ ਕਿਸੇ ਏਜੰਟ ਦੇ ਨਾਲ ਗੱਲ ਚੱਲਣ ਡਈ ਜਾਂ ਕਿਸੇ ਵੀ ਹੋਰ ਬੰਦੇ ਦੇ ਨਾਲ ਤੁਹਾਡੀ ਗੱਲ ਚੱਲਣ ਡਈ ਇਟਲੀ ਦੇ ਪੇਪਰ ਪੜਨ ਦੀ ਤੇ ਪੇਪਰ ਜਿਹੜਾ ਉਹ 18 ਤਰੀਕ ਨੂੰ 9 ਵਜੇ ਤੋਂ ਲੈ ਕੇ ਤੇ 10 ਵਜੇ ਦੇ ਵਿੱਚ ਵਿੱਚ ਤੁਹਾਡੇ ਪੇਪਰ ਅਪਲਾਈ ਹੋ ਜੇਨੇ ਚਾਹੀਦੇ ਨੇ ਪੇਪਰ ਅਪਲਾਈ ਕਰਨ ਦਾ ਫਾਇਦਾ ਕੀ ਹੋਏਗਾ ਫਾਇਦਾ ਇਹ ਹੋਏਗਾ ਕਿ ਤੁਹਾਡਾ ਨੋਲਾ ਉਸਤਾ ਅਗੂ ਅਗਸਤ ਤੋਂ ਪਹਿਲਾਂ ਪਹਿਲਾਂ ਨਿਕਲ ਆਏਗਾ 2024 ਵਾਲਾ ਹੁਣ ਤੁਹਾਡੇ ਪੇਪਰ ਪੜੇ ਜਾਣੇ ਨੇ ਮਾਰਚ ਦੇ ਵਿੱਚ ਮਾਰਚ ਦੇ ਵਿੱਚ ਪੇਪਰ ਪੜੇ ਜਾਣੇ ਨੇ ਤੇ ਉਸ ਤੋਂ ਬਾਅਦ April, May, June ਤੇ July ਦੇ end ਤੇ ਜਾ ਕੇ ਨੋਲਾ ਉਸਤਾ ਨਿਕਲਣਾ ਸ਼ੁਰੂ ਹੋਈਏ ਨੇ ਤੇ ਜਦੋਂ ਨੋਲਾ ਉਸਤਾ ਨਿਕਲਣਾ ਸ਼ੁਰੂ ਹੋਣਗੇ ਉਦੋਂ ਪਹਿਲਾਂ ਉਹਨਾਂ ਵੀਰਾਂ ਦੇ ਨੋਲਾ ਉਸਤਾ ਨਿਕਲਨੇ ਨੇ ਜਿੰਨਾਂ 18 ਤਰੀਕ ਨੂੰ ਪਹਿਲੇ ਘੰਟੇ ਦੇ ਵਿੱਚ ਵਿੱਚ ਨੋਲਾ ਉਸਤਾ ਅਪਲਾਈ ਕਰਵਾਇਆ ਹੈ ਹਾਲਾਂਕਿ ਬਹੁਤ ਸਾਰੇ ਵੀਰ ਇਹ ਗੱਲ ਕਹਿਣਗੇ ਜੀ ਵਰਕ ਵੀਜ਼ੇ ਹੈ ਹੀ ਬੇਬਾਨੇ 1 ਲੱਖ ਤੇ ਕੋਈ 50 ਹਜ਼ਾਰ ਤੋਂ ਉੱਤੇ ਵੀਜ਼ਾ ਵੇ ਤੇ ਹਰ ਇੱਕ ਵੀਰ ਨੂੰ ਵੀਜ਼ਾ ਲੱਭੇਗਾ ਮਿੱਤਰੋ ਤੁਸੀਂ ਇਹ ਨਾ ਵੇਖੋ ਕਿ ਸਿਰਫ ਇੰਡੀਆ ਪਾਕਿਸਤਾਨ ਬੰਗਲਾਦੇਸ਼ ਤੋਂ ਵੀਜ਼ੇ ਅਪਲਾਈ ਹੋਏ ਨੇ ਹਰ ਇੱਕ ਮੁਲਕ ਤੋਂ ਆਫਰੀਕਾ ਤੋਂ ਬੇਬਾ ਵੀਜ਼ਾ ਅਪਲਾਈ ਹੁੰਦਾ ਹੈ ਉਸ ਤੋਂ ਬਾਅਦ ਵਕ ਵਕ ਦੇਸ਼ਾਂ ਤੋਂ ਲੱਖਾਂ ਦੇ ਹਿਸਾਬ ਦੇ ਨਾਲ ਵੀਜ਼ੇ ਅਪਲਾਈ ਹੁੰਦੇ ਨੇ ਪਿਛਲੀ ਵਾਰੀ 2023 ਦੇ ਵਿੱਚ ਸਿਰਫ 82000 ਤੋਂ ਕੁਝ ਵੀਜ਼ੇ ਸਨ ਤੇ ਜਿਹੜੇ ਪੇਪਰ ਸਬਮਿਸ਼ਨ ਹੋਈ ਸੀ ਉਹ 3 ਲੱਖ ਤੋਂ ਉੱਤੇ ਪੇਪਰ ਸਬਮਿਸ਼ਨ ਹੋਈ ਸੀ ਆਪੇ ਤੁਸੀਂ ਇਸ ਚੀਜ਼ ਤੋਂ ਅੰਤਰਾ ਕੱਢ ਲਓ ਕਿ ਕਿੰਨੇ ਇਟਲੀ ਦੀ ਇਮੀਗ੍ਰੇਸ਼ਨ ਵਾਸਤੇ ਲੋਕੀ ਬੈਠੇ ਨੇ ਪੇਪਰ ਛੇਤੀ ਤੋਂ ਛੇਤੀ ਪੜਨ ਵਾਸਤੇ ਇਸੇ ਲਈ ਮਿੱਤਰੋ ਇਹ ਗੱਲ ਤੁਸੀਂ ਚੇਤੇ ਰੱਖ ਲਵੋ ਕਿ ਕਿਸੇ ਵੀ ਏਜੰਟ ਨੂੰ ਪੇਪਰ ਅਪਲਾਈ ਕਰਵਾਣ ਦੇਣ ਦੇ ਜਾਂ ਕਿਸੇ ਵੀ ਹੋਰ ਬੰਦੇ ਨੂੰ ਛੇਤੀ ਤੂੰ ਛੇਤੀ ਉਹਨੂੰ ਕਹਿਣਾਵੇਂ ਕਿ 18 ਤਰੀਕ ਨੂੰ ਇਮੀਗ੍ਰੇਸ਼ਨ ਓਪਨ ਹੋਣੀ ਹੈ ਵੈਬਸਾਈਟ ਓਪਨ ਹੋਣੀ ਹੈ ਤੇ ਛੇਤੀ ਤੂੰ ਛੇਤੀ ਜੇ ਰਹਿਣਾ ਉਹ ਪਹਿਲੇ ਘੰਟੇ ਦੇ ਵਿੱਚ ਵਿੱਚ ਤੁਸੀਂ ਪੇਪਰ ਸਬਮਿਟ ਕਰਵਾ ਰਹੇ ਤੇ ਤੁਸੀਂ ਇਹ ਮੋਰ ਲਾਹੜੀ ਕਿ ਤੁਸੀਂ ਇਟਲੀ ਆਉਣਾ ਹੀ ਆਉਣਾਵੇਂ 2024 ਦੇ ਵਿੱਚ ਬਾਕੀ ਰੱਬ ਦੀਆਂ ਖੇਡਾਂ ਨੇ ਕੁਝ ਵੀ ਹੋ ਸਕਦਾ ਵੇ ਆਪਣੇ ਵੱਲੋਂ ਤੁਸੀਂ ਪੂਰੀ ਟਰਾਈ ਕਰੋ ਬਹੁਤ ਜ਼ਿਆਦਾ ਚਾਂਸ ਨੇ ਕਿ ਐਤਕੀ ਪਹਿਲੇ ਬੰਦਿਆਂ ਨੂੰ ਛੇਤੀ ਤੋਂ ਛੇਤੀ ਨੂੰ ਨੋਲਾ ਉਸਤਾ ਨਿਕਲ ਆਵੇਗਾ ਤੇ ਹਈਏ ਵੀ ਕੁਝ ਵੀਰ ਐਸੇ ਨੇ ਜਿਹੜੇ ਇਹ ਪੁੱਛਣ ਦੇ ਨੇ ਜੀ ਇਮੀਗ੍ਰੇਸ਼ਨ ਓਪਨ ਹੋਣੀ ਹੈ ਨਹੀਂ ਹੋਣੀ ਹੈ ਤੇ ਉਹਨਾਂ ਨੂੰ ਦੱਸਦਾ ਕਿ ਇਮੀਗ੍ਰੇਸ਼ਨ ਕਨਫਰਮ ਹੋ ਗਈ ਏ ਦੂਜੇ ਨੰਬਰ ਤੇ ਐਸ ਟਾਈਮ ਜਿੰਨਾ ਵੀਰਾਂ ਦਾ ਵੀ ਨੋਲਾ ਉਸਤਾ ਨਹੀਂ ਨਾ ਨਿਕਲਿਆ ਹੈ ਤਕਰੀਬਨ ਮੈਂ ਜਿਹੜੀ ਵੀ ਵੀਡੀਓ ਅਪਲੋਡ ਕਰਨਾ ਉਹਦੇ ਥੱਲੇ ਕੋ 100 200 300 ਵੀਰ ਐਸਾ ਹੁੰਦਾ ਵੇ ਜਿਹੜਾ ਇਹ ਪੁੱਛਦਾ ਹੁੰਦਾ ਵੇ ਕਿ ਇਸ ਸ਼ਹਿਰ ਦੇ ਬਾਰੇ ਚ ਦੱਸੋ ਸਾਡਾ ਰੋਲਾ ਉਸ ਤਾਂ ਇਹ ਤੱਕ ਨਹੀਂ ਨਿਕਲਿਆ ਮੈਂ ਉਹਨਾਂ ਨੂੰ ਪਹਿਲਾਂ ਵੀ ਦੱਸਿਆ ਕਿ ਨੋਲਾ ਉਸ ਤਾਂ ਨਿਕਲ ਆਉਣਗੇ 1 ਜਾਂ 2 ਮਾਰਚ ਤੋਂ ਪਹਿਲਾਂ ਪਹਿਲਾਂ ਠੀਕ ਹੋ ਗਿਆ ਅੱਜ ਵੀ 26 ਤਰੀਖ ਤੇ 27 ਤਰੀਕ ਕੱਲ ਦਾ ਦਿਨ ਬੜਾ ਹੀ ਇੰਪੋਰਟੈਂਟ ਹੋਣਾ ਮੈਂ ਕੱਲ ਦਾ ਦਿਨ ਮੈਨੂੰ ਇੰਜ ਲੱਗਦਾ ਵੇ ਤੇ ਕਾਫੀ ਜ਼ਿਆਦਾ ਇਟਲੀ ਦੇ ਵਿੱਚ ਜਿਹੜੇ ਇਮੀਗ੍ਰੇਸ਼ਨ ਦੇ ਵਕੀਲ ਨੇ ਉਹ ਵੀ ਇਹ ਗੱਲ ਕਹਿਣ ਦੇ ਨੇ ਕਿ ਕੱਲ ਦਾ ਦਿਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੋਏਗਾ ਬੜੀ ਵੱਡੀ تعداد ਦੇ ਵਿੱਚ ਨੋਲਾ ਉਸ ਦਾ ਇਸ਼ੂ ਹੋਣਗੇ ਕੱਲ ਮੈਂ ਕੋਸ਼ਿਸ਼ ਕਰਾਂਗਾ ਕਿ ਲਾਈਵ ਆਵਾਂ ਮਿੱਤਰੋ ਜਿਹੜਾ ਜਿਹੜਾ ਵੀਰ ਭਰਾ ਵੀ ਜਿਹੜਾ ਜਿਹੜਾ ਵੀਰ ਭਰਾ ਵੇ ਜਿੱਥੋਂ ਜਿੱਥੋਂ ਵੇਖਣ ਆਵੇ ਉਹ ਲੇ ਕੇ ਮੈਂ ਇੱਕੋ ਹੀ ਰਿਕੁਐਸਟ ਕਰਾਂਗਾ ਕਿ ਪੇਪਰ ਛੇਤੀ ਭਰੋ ਛੇਤੀ ਤੁਹਾਡੇ ਪੇਪਰ ਨਿਕਲਣਗੇ ਇਸ ਟਾਈਮ ਜਿੰਨਾ ਵੀਰਾਂ ਦੇ ਨਹੀਂ ਨਿਕਲਣ ਦੇ ਹੈ ਨੋਲਾ ਉਸਤਾ 2023 ਵਾਲੇ ਜਾਂ ਫਿਰ ਭਾਈ ਵਾਲੇ ਉਹਨਾਂ ਇੱਕੋ ਹੀ ਗਲਤੀ ਕੀਤੀ ਹੈ ਉਹਨਾਂ ਪੇਪਰ ਲੇਟ ਅਪਲਾਈ ਕੀਤੇ ਨੇ ਭਾਵੇਂ ਉਹਨਾਂ ਨੂੰ ਨਹੀਂ ਸੀ ਪਤਾ ਉਹਨਾਂ ਏਜੰਟ ਨੂੰ ਪੈਸੇ ਦਿੱਤੇ ਨੇ ਜਾਂ ਆਪਣੇ ਰਿਸ਼ਤੇਦਾਰ ਨੂੰ ਪੈਸੇ ਦਿੱਤੇ ਨੇ ਉਹਨਾਂ ਅਪਲਾਈ ਕੀਤੇ ਨੇ ਉਹਨਾਂ ਲੇਟ ਅਪਲਾਈ ਕੀਤੇ ਨੇ ਤੇ ਇਸ ਟਾਈਮ ਉਹ ਲੇਟ ਵੇਟ ਕਰਨ ਦੇ ਨੇ ਕਿ ਨੋਲਾ ਉਸਤਾ ਕਦੂ ਸਾਡਾ ਨੋਲਾ ਉਸਤਾ ਨਿਕਲੇ ਤੇ ਕਦੂ ਜੇ ਰਹਿਣਾ ਉਹ ਅਸੀਂ ਇਟਲੀ ਆਈਏ ਜਿੰਨੇ ਵੀ ਵੀਰ ਭਰਾ ਜਿੰਨੇ ਵੀ ਵੀਰ ਮਿੱਤਰ ਇਸ ਵੀਡੀਓ ਨੂੰ ਵੇਖਣ ਦੇ ਨੇ ਮਿੱਤਰੋ ਇਸ ਵੀਡੀਓ ਨੂੰ ਅੱਗੇ ਸ਼ੇਅਰ ਕੀਤਾ ਜਾਵੇ ਇਸ ਚੈਨਲ ਟੀਚ ਵੀਜ਼ਾ ਪੰਜਾਬੀ ਨੂੰ ਜਿਹੜਾ ਨਾ ਉਹ ਬਹੁਤਾਂ ਤੋਂ ਬਹੁਤਾਂ ਸ਼ੇਅਰ ਕਰੋ ਹਰ ਇੱਕ ਵੀਰ ਭਰਾ ਤੀਕਣਾ ਇਹਦੀ ਇਨਫੋਰਮੇਸ਼ਨ ਜਾਣੀ ਚਾਹੀਦੀ ਹੈ ਕੋਈ ਵੀ ਏਜੰਟ ਦੋ ਨੰਬਰੀ ਨਾ ਕਰ ਸਕੇ ਇੱਕ ਗੱਲ ਹੋਰ ਲਾਸਟ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਇੰਸਟਾਗ੍ਰam ਜਿਹੜਾ ਉਹ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਹੈ ਹਸਨ ਲਾਈਫ ਟੀਵੀ ਦੇ ਨਾਮ ਦੀ ਇੰਸਟਾਗ੍ਰam ਦੀ ਆਈਡੀ ਹੈ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲੱਭ ਜਾਏਗਾ ਅਗਾਂ ਲਿੰਕ ਤੇ ਕਲਿੱਕ ਕਰਕੇ ਤੇ ਇੰਸਟਾਗ੍ਰam ਦੀ ਆਈਡੀ ਨੂੰ ਫਾਲੋ ਕਰ ਲਓ ਫਰੀ ਦੇ ਵਿੱਚ ਹਰ ਇੱਕ ਅਪਡੇਟ ਤੇ ਫਰੀ ਦੇ ਵਿੱਚ ਤੁਸੀਂ ਮੇਰੇ ਨਾਲ ਗੱਲਬਾਤ ਵੀ ਕਰ ਸਕਦੇ ਹੋ ਇਟਲੀ ਦੇ ਰਿਲੇਟਿਡ ਤੇ ਅਗਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇੰਸਟਾਗ੍ਰam ਤੇ ਫਾਲੋ ਕਰੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਨੇ ਆ ਤੁਹਾਨੂੰ ਮਿੱਤਰੋ ਨੈਕਸਟ ਵੀਡੀਓ ਦੇ ਵਿੱਚ ਰਾਬ ਰੱਖਾ